ਬਾਅਦ ਦੁਪਹਿਰ ਸਿਵਲ ਹਸਪੀਟਲ ਦੇ ਸਾਹਮਣੇ ਪੁਲਿਸ ਪਾਰਟੀ ਜਾ ਰਹੀ ਸੀ ਤੇ ਉਹਨਾਂ ਨੂੰ ਕੁਝ ਸ਼ੱਕੀ ਵਿਅਕਤੀ ਜਾਂਦੇ ਪ੍ਰਤੀਤ ਹੋਏ ਸਕਾਰਪੀਓ ਗੱਡੀ ਦੇ ਵਿੱਚ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਰੁਕੇ ਨਹੀਂ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਤੋਂ ਬਾਅਦ ਜਦ ਉਹ ਨਹੀਂ ਰੁਕੇ ਤਾਂ ਉਹਨਾਂ ਨੇ ਗੱਡੀ ਭਜਾ ਲਈ ਤੇ ਉਹ ਜਿਹੜੇ ਬੰਦੇ ਨੇ ਉਹਨਾਂ ਦੀ ਸ਼ਨਾਖਤ ਅਜੇ ਜਾਰੀ ਹੈ ਅਤੇ ਵਹੀਕਲ ਦੀ ਸਰਚ ਅਜੇ ਜਾਰੀ ਹੈ ਉਹ ਨਸ਼ਾ ਤਸਕਰ ਸਨ ਕੀ ਸਨ ਜੀ ਉਹ ਹਜੇ ਉਹਨਾਂ ਦੀ ਆਈਡੈਂਟੀ ਕਨਫਰਮ ਨਹੀਂ ਹੋਈ ਆ ਤੇ ਪਰ ਉਹਨਾਂ ਖਿਲਾਫ ਜਿਹੜੀ ਬਣਦੀ ਕਾਰਵਾਈ ਹੈ ਉਹ ਹਜੇ ਅਸੀਂ ਆਰੰਭ ਕਰ ਦਿੱਤੀ ਹੈ ਪਹਿਲਾਂ ਅਸੀਂ ਉਹਨਾਂ ਦੀ ਸਰਚ ਕਰ ਰਹੇ ਹਾਂ ਤੇ ਜਦੋਂ ਹੀ ਮਿਲ ਜਾਂਦੇ ਆ ਤਾਂ ਕਾਰਵਾਈ ਅਸੀਂ ਫਾਇਰਿੰਗ ਅਮਲ ਵਗੈਰਾ ਚ ਵੀ ਹੋਈ ਰੱਖ ਹੈ ਮੌਕੇ ਤੇ ਜੀ ਨਹੀਂ ਫਾਇਰਿੰਗ ਦੀ ਕੋਈ ਨਿਊਜ਼ ਨਹੀਂ ਹੈ ਤੇ ਮੈਂ ਆਪ ਵੀ ਕਨਫਰਮ ਕਰ ਲਿਆ ਫਾਇਰਿੰਗ ਨਹੀਂ ਹੋਈ ਸ਼ੀਸ਼ਿਆਂ ਦੀ ਭੰਨਤੋੜ ਹੋਈ ਹੋਵੇ ਸ਼ੀਸ਼ਿਆਂ ਦੀ ਭੰਨਤੋੜ ਹੋਈ ਆ ਔਰ ਜਦ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿੱਚ ਸ਼ੀਸ਼ਾ ਵੀ ਟੁੱਟਿਆ ਉਹਨਾਂ ਦੀ ਗੱਡੀ ਦਾ ਸ਼ੱਕ ਕੀ ਲੱਗ ਰਿਹਾ ਉਹਨਾਂ ਦੇ ਉੱਤੇ ਜੀ ਚੱਕ ਹੋ ਸਕਦਾ ਹੈ ਫਿਲਹਾਲ ਅਜੇ ਕਨਫਰਮ ਨਹੀਂ ਹੈ ਕਿ ਇਹ ਪਹਿਲਾਂ ਵੀ ਜਿਹੜੇ ਨਸ਼ੇ ਨਾਲ ਰਿਲੇਟਡ ਜੇ ਤਸਕਰ ਹੈਗੇ ਆ ਇਹ ਬਟ ਹਜੇ ਕਨਫਰਮ ਹਜੇ ਇਸ ਟਾਈਮ ਤੇ ਨਹੀਂ ਕਰ ਸਕਦੇ।